ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਕਿਤਾਬ ਹੈ ਮਹਾਨ ਕੋਸ਼, ਇਨਸਾਈਕਲੋਪੀਡੀਆ ਆਫ ਸਿੱਖ ਲਿਟਰੇਚਰ। ਇਹਦੇ ਲੇਖਕ ਨੇ ਭਾਈ ਕਾਨ ਸਿੰਘ ਨਾਭਾ। ਮੇਰੇ ਕੋਲ ਜਿਹੜਾ ਇਹ ਐਡੀਸ਼ਨ ਹੈ, ਇਹ ਸੰਨ 2011 ਦਾ ਆ, ਨੈਸ਼ਨਲ ਬੁੱਕ ਸ਼ੋਪ ਦਿੱਲੀ ਵੱਲੋਂ ਛਪਿਆ ਆ। ਅਤੇ ਅੱਜ ਕੱਲ੍ਹ ਮਤਲਬ ਅੰਮ੍ਰਿਤਸਰ ਵੀ ਛਪਦਾ ਪਿਆ ਏ, ਲੁਧਿਆਣੇ ਵੀ ਛਪਦਾ ਪਿਆ ਆ, ਇੱਕ ਭਾਗ ਚ ਵੀ, ਦੋ ਭਾਗਾਂ ਚ ਵੀ ਤੇ ਚਾਰ ਭਾਗਾਂ ਚ ਵੀ ਛਪ ਰਿਹਾ ਆ। ਪਰ ਸਭ ਤੋਂ ਪਹਿਲਾਂ ਪਹਿਲੀ ਵਾਰੀ ਇਹ ਚਾਰ ਭਾਗਾਂ ਛਪਿਆ ਸੀਗਾ, ਜਦੋਂ ਸਭ ਤੋਂ ਪਹਿਲੀ ਵਾਰ ਛਪਿਆ ਸੀਗਾ ਇਹ ਸੰਨ 1930 ਵਿੱਚ। ਆਹ ਭਾਈ ਕਾਨ ਸਿੰਘ ਨਾਭਾ ਦੀ ਫੋਟੋ ਆ, ਜਿਨ੍ਹਾਂ ਨੇ ਕੋਸ਼ ਲਿਖਿਆ ਆ, ਮਹਾਨ ਕੋਸ਼, ਉਹਨਾਂ ਦੀ ਫੋਟੋ ਆ ਇਹ। ਇਸ ਵਿੱਚ ਹੋਰ ਵੀ ਬਹੁਤ ਸਾਰੀਆਂ ਫੋਟੋਆਂ ਤੇ ਨਕਸ਼ੇ ਦਿੱਤੇ ਹੋਏ ਨੇ, ਜਿਵੇਂ ਆਹ ਦੇਖ ਸਕਦੇ ਹੋ ਤੁਸੀਂ, ਨਕਸ਼ਾ ਦਮਦਮਾ ਸਾਹਿਬ ਸਾਬੋ ਤਲਵੰਡੀ, ਸਾਬੋ ਕੀ ਤਲਵੰਡੀ। ਜਿਨ੍ਹਾਂ ਅੱਜ ਉਹ ਫੋਟੋਆਂ ਨੇ ਇਹਨਾਂ ਬਾਰੇ ਗਾਂ ਲਿਖਿਆ ਹੋਇਆ ਆ ਵਿੱਚ ਮਹਾਨ ਕੋਸ਼ ਚ। ਕੁਝ ਇੱਕ ਜਿਹੜੇ ਮਤਲਬ ਕਿ ਸ਼ਬਦ ਨੇ, ਜਿਵੇਂ ਭਾਸ਼ਾ ਭਾਗ ਵੱਲੋਂ ਜੋ ਸ਼ਬਦ ਸੀਗਾ, ਉਹਦੇ ਚ ਫੋਟੋਆਂ ਨੂੰ ਸਭ ਤੋਂ ਪਹਿਲਾਂ ਨਹੀਂ ਦਿੱਤਾ ਹੋਇਆ ਸੀਗਾ, ਉਹ ਫੋਟੋਆਂ ਵਿੱਚ ਦਿੱਤੀਆਂ ਹੀ, ਜਿੱਥੇ ਇਹਦੇ ਬਾਰੇ ਲਿਖਿਆ ਉੱਥੇ ਨਾਲ ਹੀ ਫੋਟੋ ਦਿੱਤੀ ਹੁੰਦੀ ਸੀ। ਪਰ ਇਹ ਜੋ ਦਿੱਲੀ ਵਾਲੇ ਛਾਪ ਰਹੇ ਨੇ ਫੋਟੋਆਂ ਪਹਿਲਾਂ ਦੇਣ ਦੇ, ਸਾਰੀਆਂ ਇਕੱਠੀਆਂ ਇੱਕੋ ਸਾਥ ਸਾਰੀਆਂ ਫੋਟੋਆਂ ਹੀ ਨੇ। ਖੈਰ, ਜਿਵੇਂ ਅੰਗਰੇਜ਼ੀ ਦੀ ਡਿਕਸ਼ਨਰੀ ਹੁੰਦੀ ਆ ਕੋਈ, ਉਹਦੇ ਵਿੱਚ ਵੀ ਪਹਿਲਾਂ ਏ ਤੋਂ ਲੈ ਕੇ ਫਿਰ ਜੈਡ ਤੱਕ ਸਾਰੇ ਅੱਖਰ ਲਿਖੇ ਜਾਂਦੇ ਨੇ। ਇਸ ਤਰ੍ਹਾਂ ਹੀ ਇਹ ਪੰਜਾਬੀ ਚ ਡਿਕਸ਼ਨਰੀ ਆ ਮਹਾਨ ਕੋਸ਼, ਇਹਦੇ ਵਿੱਚ ਪਹਿਲਾਂ ਸ਼ੁਰੂਆਤ ਜਿਹੜੀ ਉਹ ਊੜੇ ਤੋਂ ਹੋ ਰਹੀ ਆ, ਊੜਾ ਅੱਖਰ ਤੋਂ ਲੈ ਕੇ ਪਹਿਲਾਂ ਸਾਰੀ ਊੜੇ ਵਾਲੇ ਸ਼ਬਦ ਆ ਗਏ, ਊੜੇ ਵਾਲੇ ਤੋਂ ਬਾਅਦ ਫਿਰ ਇਸ ਤਰ੍ਹਾਂ ਗਾਂ, ਤੁਸੀਂ ਦੇਖੋ ਕਿ ਐੜੇ ਵਾਲੇ ਸ਼ਬਦ ਆ ਚੁੱਕੇ ਨੇ, ਫਿਰ ਐੜੇ ਵਾਲੇ ਤੋਂ ਬਾਅਦ ਈਡੀ ਵਾਲੇ ਆਉਣਗੇ, ਸੱਸੇ ਵਾਲੇ ਈਡੀ ਸੱਸਾ ਹਾਹਾ, ਇਸ ਤਰ੍ਹਾਂ ਅੱਖਰ ਕ੍ਰਮ ਅਨੁਸਾਰ ਆਈ ਜਾਂਦੇ ਨੇ। ਤੇ ਇਹਦੇ ਵਿੱਚ ਕੋਈ ਵੀ ਮਤਲਬ ਪਹਾੜ, ਕੋਈ ਨਦੀ, ਕੋਈ ਖਾਣ ਪੀਣ ਵਾਲੀ ਵਸਤੂ ਆ, ਕੋਈ ਮਹਾਂਪੁਰਸ਼ ਹੋਏ ਨੇ ਕਿਸੇ ਵੀ ਦੇਸ਼ ਚ, ਕਿਸੇ ਵੀ ਧਰਮ ਨਾਲ ਸੰਬੰਧਿਤ, ਭਾਈ ਕਾਨ ਸਿੰਘ ਨਾਭਾ ਨੇ ਇਹਦੇ ਵਿੱਚ ਲਿਖਿਆ। ਜਿਵੇਂ ਅਸੀਂ ਗੂਗਲ ਤੇ ਸਰਚ ਮਾਰਦੇ ਆ ਨਾ, ਬਿਲਕੁਲ ਉਸੇ ਤਰ੍ਹਾਂ ਹੀ ਆ ਜੀ। ਜਿਵੇਂ ਗੂਗਲ ਤੇ ਸਰਚ ਮਾਰਦੇ ਆ ਤੇ ਉਹਦੇ ਵਿੱਚ ਅਸੀਂ ਲੱਭਦੇ ਹਾਂ ਕੁਛ ਨਾ ਕੁਛ, ਇਵੇਂ ਇਹ ਚੋਂ ਅਸੀਂ ਲੱਭ ਸਕਦੇ ਹਾਂ ਸੰਨ 1930 ਤੋਂ ਪਹਿਲਾਂ ਦਾ ਕਾਫੀ ਕੁਛ। ਜਿਵੇਂ ਆਹ ਦੇਖੋ, ਇਹ ਚ ਸੁਕਰਾਤ ਬਾਰੇ ਲਿਖਿਆ ਹੋਇਆ, ਸੁਕਰਾਤ ਯੂਨਾਨ ਦਾ ਪ੍ਰਸਿੱਧ ਵਿਦਵਾਨ ਆਏ। ਤੇ ਭਾਈ ਕਾਨ ਸਿੰਘ ਨਾਭਾ ਨੇ ਇਹਦੀ ਜੀਵਨੀ ਥੋੜੀ ਦੱਸੀ ਹੋਈ ਹੈ ਸ਼ੋਰਟ ਵਿੱਚ। ਇਹਦੇ ਵਿੱਚ ਅਸੀਂ ਸ਼ਹਿਰਾਂ ਦੇ ਨਾਂ, ਜੇ ਬਟਾਲੇ ਬਾਰੇ, ਅੰਮ੍ਰਿਤਸਰ ਬਾਰੇ, ਜਾਪਾਨ ਬਾਰੇ, ਫਿਰ ਬਿਮਾਰੀਆਂ ਬਾਰੇ ਵੀ ਦੱਸਿਆ ਹੋਇਆ ਇਹਦੇ ਵਿੱਚ ਕਿ ਬਿਮਾਰੀ ਹੋਣ, ਕੋਈ ਬਿਮਾਰੀ ਆ ਮੰਨ ਲਓ ਉਹ ਕਿਉਂ ਹੁੰਦੀ ਆ, ਉਹਦੇ ਕਾਰਨ ਕੀ ਆ ਹੋਣ ਦੇ, ਫਿਰ ਉਹਦੇ ਲੱਛਣ ਕੀ ਨੇ, ਫਿਰ ਉਹ ਉਹਦਾ ਇਲਾਜ ਕਿਵੇਂ ਕਰਨਾ ਆ, ਨਾਲ ਇਲਾਜ ਦੇ ਨੁਸਖੇ ਵੀ ਦੱਸੇ ਹੋਏ ਨੇ ਭਾਈ ਕਾਨ ਸਿੰਘ ਨਾਭਾ ਨੇ। ਕਾਫੀ ਜ਼ਿਆਦਾ ਮਤਲਬ ਮਿਹਨਤ ਕੀਤੀ ਹੋਈ ਹੈ ਇਸ ਵਿੱਚ, ਤੇ ਕਾਫੀ ਵੱਡਾ ਇਹ ਗ੍ਰੰਥ ਆ, ਕਹਿ ਸਕਦੇ ਹਾਂ ਕਿ ਗ੍ਰੰਥ ਕਾਫੀ ਵੱਡਾ ਹੈ, ਤਾਂ ਕਰਕੇ ਇਸਦਾ ਨਾਂ ਹੀ ਮਹਾਨ ਕੋਸ਼ ਆ। ਭਾਈ ਕਾਨ ਸਿੰਘ ਨਾਭਾ ਨੇ 1930 ਵਿੱਚ ਪਹਿਲੀ ਵਾਰੀ ਜੋ ਛਪਵਾਇਆ, ਉਸ ਤੋਂ ਬਾਅਦ ਫਿਰ ਉਹਨਾਂ ਨੇ ਹੋਰ ਵੀ ਕੁਛ ਲਿਖਿਆ ਇਹਦੇ ਬਾਰੇ। ਜਦੋਂ ਆਹ ਸਮਾਪਤੀ ਹੋ ਜਾਂਦੀ ਹੈ ਤੇ ਨਵੇਂ ਵਾਅਦੇ ਕੀਤੇ ਗਏ, ਪਹਿਲੀ ਵਾਰ ਛਪਿਆ ਸੀਗਾ ਇੱਥੋਂ ਤੱਕ, ਜੇ ਦੁਬਾਰਾ ਫਿਰ ਦੂਜੀ ਵਾਰ ਛਪਿਆ ਆ, ਫਿਰ ਇਹ ਚ ਨਵੇਂ ਵਾਅਦੇ ਕੀਤੇ ਗਏ। ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ਦੇ ਨਵੇਂ ਵਾਅਦੇ ਫਿਰ ਦੁਬਾਰਾ ਲਿਖੇ, ਜਿਹੜੇ ਨਵੇਂ ਵਾਅਦੇ ਹੋਏ ਫਿਰ ਊੜੇ ਤੋਂ ਲੈ ਕੇ ਲਿਖੇ ਗਏ ਦੁਬਾਰਾ, ਆ ਸਾਰੇ ਨਵੇਂ ਵਾਅਦੇ ਹੀ ਲਿਖੇ ਗਏ ਨੇ ਜਿਹੜਾ ਨਵਾਂ ਵਾਅਦਾ ਕੀਤਾ ਗਿਆ ਮਹਾਨ ਕੋਸ਼ ਚ। ਫਿਰ ਨਵੇਂ ਵਾਅਦਿਆਂ ਚ ਖਾਸੀਅਤ ਆ ਕਿ ਜੋ ਨਵੇਂ ਵਾਅਦਿਆਂ ਚ ਲਿਖਿਆ ਉਹ ਪਹਿਲਾਂ ਨੀ ਲਿਖਿਆ, ਜਿਸ ਤੋਂ ਇਹ ਪਤਾ ਲੱਗਦਾ ਭਾਈ ਕਾਨ ਸਿੰਘ ਨਾਭਾ ਨੂੰ ਪਤਾ ਸੀ ਕਿ ਮਹਾਨ ਕੋਸ਼ ਵਿੱਚ ਪਹਿਲਾਂ ਕੀ ਕੁਝ ਲਿਖ ਦਿੱਤਾ ਗਿਆ ਆ, ਉਹ ਨਵਿਆਂ ਵਿੱਚ ਦੁਬਾਰਾ ਨਹੀਂ ਲਿਖਿਆ ਗਿਆ। ਸੋ ਇਹ ਵੀਡੀਓ ਚ ਤੁਹਾਨੂੰ ਮਹਾਨ ਕੋਸ਼ ਬਾਰੇ ਜਿੰਨੀ ਕੁ ਹੋ ਸਕੀ ਆ ਸ਼ੋਰਟ ਵਿੱਚ ਜਾਣਕਾਰੀ ਦਿੱਤੀ ਹੈ। ਇਸ ਚੈਨਲ ਤੇ ਤੁਹਾਨੂੰ ਹੋਰ ਵੀ ਕਿਤਾਬਾਂ ਬਾਰੇ ਜਾਣਕਾਰੀ ਮਿਲਦੀ ਰਹੂਗੀ ਕਿ ਕਿਹੜੀ ਕਿਤਾਬ ਕਿਹੜੇ ਲੇਖਕ ਦੀ, ਉਸ ਵਿੱਚ ਕੀ ਕੁਝ ਆ, ਕਿੰਨੇ ਪੰਨਿਆਂ ਦੀ ਕਿਤਾਬ ਆ। ਤੇ ਜੋ ਵੀ ਕਿਤਾਬਾਂ ਬਾਰੇ ਜਾਣਨਾ ਚਾਹੁੰਦੇ ਜਾਂ ਕਿਤਾਬਾਂ ਪੜ੍ਹਦੇ ਆ, ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਵੀਡੀਓ ਨੂੰ ਵੀ ਸ਼ੇਅਰ ਕਰੋ ਤੇ ਚੈਨਲ ਨੂੰ ਸ਼ੇਅਰ ਕਰੋ ਕਿ ਤਾਂ ਜੋ ਕਿ ਨਵੀਆਂ ਵੀਡੀਓ ਜਿਹੜੀਆਂ ਨੇ ਜਦੋਂ ਪਾਈ ਜਾਏ ਕੋਈ ਕਿਤਾਬ ਬਾਰੇ ਵੀਡੀਓ ਉਹ ਤੁਹਾਡੇ ਤੱਕ ਪਹੁੰਚ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।